ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਦਰਸਾਇਆ ਹੈ ਕਿ ਵਾਹਿਗੁਰੂ ਨਿਰਾਕਾਰ ਹੈ ਉਸ ਨੂੰ ਪ੍ਰਸੰਨ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਸੀਂ ਸੂਫੀਆਂ ਦੀ ਤਰ੍ਹਾਂ ਆਸ਼ਿਕ ਨਹੀਂ ਬਣਨਾ ਜੋ ਰੱਬ ਨੂੰ ਉਲਾਮਾ ਵੀ ਦਿੰਦੇ ਹਨ ਅਸਾਂ ਤਾਂ ਉਹਦੇ ਸਤਕਾਰ ਵਿੱਚ ਉਸ ਨੂੰ ਪ੍ਰਸੰਨ ਕਰਨਾ ਹੈ ਉਹ ਕਿਵੇਂ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੈ ਉਹ ਨਾਮ ਜਪਣ ਵਿੱਚ ਲੱਗੇ ਰਹਿ ਭਾਵੇਂ ਨਾਮ ਦੀ ਬਹੁਤ ਉਤਲੀ ਅਵਸਥਾ ਤੇ ਵੀ ਪਹੁੰਚ ਜਾਣ ਤਾਂ ਵੀ ਨਾਮ ਨਹੀਂ ਛੱਡਣਾ ਚਾਹੀਦਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜਪਜੀ ਸਾਹਿਬ ਵਿੱਚ ਅਸੀਂ ਪੜਦੇ ਹਾਂ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਵਾਹਿਗੁਰੂ ਸਾਨੂੰ ਪਿਆਰ ਕਰੇ ਸੂਫੀਆਂ ਵਾਂਗੂ ਨਹੀਂ ਜੋ ਰੱਬ ਦੇ ਆਸ਼ਿਕ ਬਣਦੇ ਹਨ ਤੇ ਫਿਰ ਕਦੇ ਉਸ ਨੂੰ ਸੰਗ ਦਿਲ ਤੇ ਕਦੇ ਜ਼ਾਲਮ ਆਖਦੇ ਹਨ ਅਸਾਂ ਤਾਂ ਉਹ ਕਰਨਾ ਹੈ ਜੋ ਵਾਹਿਗੁਰੂ ਜੀ ਨੂੰ ਚੰਗਾ ਲੱਗੇ ਜਿਸ ਤੋਂ ਉਹ ਖੁਸ਼ ਹੋਵੇ ਤੇ ਸਾਨੂੰ ਪਿਆਰ ਕਰੇ ਜਿਵੇਂ istri pati ਨੂੰ ਖੁਸ਼ ਕਰਦੀ ਹੈ ਜੇ ਪਤੀ ਨੂੰ ਕੀਰਤਨ ਦਾ ਸ਼ੌਕ ਹੈ ਤਾਂ ਕੀਰਤਨ ਕਰਨਾ ਸਿੱਖਦੀ ਹੈ ਇਸ ਤਰ੍ਹਾਂ ਉਹ ਪਤੀ ਦੀ ਪਿਆਰੀ ਬਣਦੀ ਹੈ ਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਕਿ ਉਹ ਸਾਨੂੰ ਪਿਆਰ ਕਰੇ ਅਸਾਂ ਅੰਮ੍ਰਿਤ ਵੇਲੇ ਉਸ ਦਾ ਨਾਮ ਜਪਣਾ ਹੈ ਤੇ ਉਸ ਦੀਆਂ ਵਡਿਆਈਆਂ ਦਾ ਵਿਚਾਰ ਕਰਨਾ ਹੈ ਹਾਂਜੀ ਫਿਰ ਦੁਹਰਾ ਦਿਓ ਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਕਿ ਉਹ ਸਾਨੂੰ ਪਿਆਰ ਕਰੇ ਅਸਾਂ ਅੰਮ੍ਰਿਤ ਵੇਲੇ ਉਸ ਦਾ ਨਾਮ ਜਪਣਾ ਹੈ ਤੇ ਉਸ ਦੀਆਂ ਵਡਿਆਈਆਂ ਦਾ ਵਿਚਾਰ ਕਰਨਾ ਹੈ ਗੁਰੂ ਸਹਿਬਾਨ ਤੋਂ ਵੱਧ ਵਾਹਿਗੁਰੂ ਦੀ ਚੰਗੀ ਵਡਿਆਈ ਕੋਈ ਨਹੀਂ ਕਰ ਸਕਦਾ ਉਹ ਉਹਨਾਂ ਨੇ ਗੁਰਬਾਣੀ ਰਾਹੀਂ ਕੀਤੀ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਬਾਣੀ ਦਾ ਕੀਰਤਨ ਕਰਦੇ ਹਾਂ ਤਾਂ ਅਸੀਂ ਵਾਹਿਗੁਰੂ ਦੀ ਵਡਿਆਈ ਕਰਦੇ ਹਾਂ ਨਾਮ ਜਪਣ ਬਾਣੀ ਦੇ ਕੀਰਤਨ ਜਾਂ ਪਾਠ ਕਰਨ ਤੇ ਚੰਗੇ ਕੰਮ ਕਰਨ ਨਾਲ ਵਾਹਿਗੁਰੂ ਜੀ ਪਰਸਨ ਹੁੰਦੇ ਹਨ ਤੇ ਸਾਨੂੰ ਪਿਆਰ ਕਰਦੇ ਹਾਂ ਜੀ ਨਾਮ ਜਪਣ ਬਾਣੀ ਦੇ ਕੀਰਤਨ ਜਾਂ ਪਾਠ ਕਰਨ ਤੇ ਚੰਗੇ ਕੰਮ ਕਰਨ ਨਾਲ ਵਾਹਿਗੁਰੂ ਜੀ ਪਰਸੰਨ ਹੁੰਦੇ ਹਨ ਤੇ ਸਾਨੂੰ ਪਿਆਰ ਕਰਦੇ ਹਨ ਵਾਹਿਗੁਰੂ ਨਿਰਆਕਾਰ ਹੈ ਅਰੂਪ ਹੈ ਅਸੀਂ ਉਸ ਨੂੰ ਉਸ ਦੇ ਨਾਮ ਨਾਲ ਯਾਦ ਕਰ ਸਕਦੇ ਹਾਂ ਵਾਹਿਗੁਰੂ ਦਾ ਨਾਮ ਜਪਣਾ ਉਸ ਦੀ ਹਜ਼ੂਰੀ ਵਿੱਚ ਹੋਣਾ ਹੈ ਨਾਮ ਦਾਤ ਹੈ ਜਿਨ੍ਹਾਂ ਨੂੰ ਮਿਲੀ ਹੈ ਲੱਗੇ ਰਹੋ ਵਾਹਿਗੁਰੂ ਤੋਂ ਅਸਾਂ ਹਮੇਸ਼ਾ ਨਾਮ ਮੰਗਣਾ ਹੈ ਭਾਵੇਂ ਅੱਗੇ ਨਾਮ ਜਪਦੇ ਹੀ ਹੋਈਏ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਮ ਪ੍ਰਾਪਤ ਸੀ ਉਹ ਔਤਾਰਾਂ ਤੋਂ ਵੀ ਵੱਡੇ ਸਨ ਤੇ ਨਾਮ ਵਿੱਚ ਰਚੇ ਹੋਏ ਸਨ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਉਹ ਬੇਨਤੀ ਕਰਦੇ ਹਨ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੇ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ